ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਮੇਰੇ ਚੈਨਲ ਫਰੋਂਟਿਸਟਰੀ ਤੇ। ਅੱਜ ਮੈਂ ਫੋਕੂਲਰ ਆਈ ਸ਼ੈਡੋ ਦੇ ਬਾਰੇ ਗੱਲ ਕਰਾਂਗੀ। ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਮੈਂ ਦੱਸਦਾ ਕਿ ਫੋਕੂਲਰ ਇੱਕ ਉਭਰਦੀ ਹੋਈ ਚਾਈਨੀਜ਼ ਮੇਕਅਪ ਬ੍ਰਾਂਡ ਹੈ। ਹੈ ਤੇ ਪੁਰਾਣੀ ਬਟ ਹੁਣ ਫੋਕੂਲਰ ਪੂਰੀ ਦੁਨੀਆ ਵਿੱਚ ਕਾਫੀ ਫੇਮਸ ਹੁੰਦੀ ਜਾ ਰਹੀ ਹੈ। ਮੈਂ ਸਭ ਤੋਂ ਪਹਿਲਾਂ ਇਹਨੂੰ ਅਲੀ ਐਕਸਪ੍ਰੈਸ ਤੇ ਡਿਸਕਵਰ ਕੀਤਾ ਸੀ। ਹੁਣ ਤੇ ਫੋਕੂਲਰ ਨੇ ਆਪਣੀ ਖੁਦ ਦੀ ਵੈਬਸਾਈਟ ਵੀ ਲਾਂਚ ਕਰਤੀ ਹੈ। ਤੁਸੀਂ ਫੋਕੂਲਰ ਦੇ ਪ੍ਰੋਡਕਟਸ ਇਹਨਾਂ ਦੀ ਵੈਬਸਾਈਟ ਤੋਂ ਜਾਂ ਅਲੀ ਐਕਸਪ੍ਰੈਸ ਤੋਂ ਵੀ ਖਰੀਦ ਸਕਦੇ ਹੋ। ਸ਼ਿਪਿੰਗ ਇਹਨਾਂ ਦੀ ਫਾਸਟ ਹੈ, ਬਹੁਤ ਸਿਕਿਉਰਲੀ ਪੂਰੀ ਚੰਗੀ ਤਰ੍ਹਾਂ ਬਬਲ ਰੈਪ ਵਿੱਚ ਤੁਹਾਡੇ ਘਰ ਪਹੁੰਚਦਾ ਹੈ ਤੁਹਾਡਾ ਪ੍ਰੋਡਕਟ। ਹਾਂ, ਇੰਟਰਨੈਸ਼ਨਲ ਸ਼ਿਪਿੰਗ ਵਿੱਚ ਘੱਟ ਤੋਂ ਘੱਟ 20 ਤੋਂ 30 ਦਿਨ ਇੰਡੀਆ ਪਹੁੰਚਦੇ ਲੱਗ ਜਾਂਦੇ ਨੇ। ਪੇਮੈਂਟਸ ਦੇ ਲਈ ਤੁਹਾਡੇ ਕੋਲ ਇੰਟਰਨੈਸ਼ਨਲ ਡੈਬਿਟ ਜਾਂ ਕ੍ਰੈਡਿਟ ਕਾਰਡ ਹੋਣਾ ਚਾਹੀਦਾ ਹੈ। ਨੋਰਮਲ ਕਿਸੇ ਵੀ ਬੈਂਕ ਦਾ ਕਾਰਡ ਹੋਵੇ ਤੁਹਾਡਾ, ਉਹਨੂੰ ਤੁਸੀਂ ਇੱਕ ਐਪਲੀਕੇਸ਼ਨ ਦੇ ਕੇ ਬੈਂਕ 'ਚ ਕਾਰਡ ਨੂੰ ਇੰਟਰਨੈਸ਼ਨਲ ਕਰਵਾ ਸਕਦੇ ਹੋ। ਸੋ ਇਸ ਆਈ ਸ਼ੈਡੋ ਦਾ ਸ਼ੇਡ ਨੰਬਰ ਹੈ 05। ਇਹਦੇ 'ਚ ਹੋਰ ਵੀ ਸ਼ੇਡਸ ਨੇ ਬਟ ਹਾਲ ਹੀ ਫਿਲਹਾਲ ਫੋਕੂਲਰ ਨੇ ਨਵੀਂ ਪੈਕੇਜਿੰਗ 'ਚ ਹੋਰ ਨਵੇਂ ਸ਼ੇਡਸ ਐਂਡ ਥੀਮਸ ਆਪਣੇ 9 ਆਈ ਸ਼ੈਡੋ ਪੈਲਟਸ ਰੇਂਜ 'ਚ ਐਡ ਕਰ ਦਿੱਤੇ ਨੇ। ਆਊਟਰ ਪੈਕੇਜਿੰਗ ਇਹਨਾਂ ਦੀ ਇੱਕ ਮੈਟ ਬਲੈਕ ਕਾਰਡਬੋਰਡ ਬੋਕਸ ਦੀ ਹੈ, ਜਿਹਦੇ 'ਚ ਮੈਨੂਫੈਕਚਰਿੰਗ ਡੇਟ, ਐਕਸਪਾਇਰੀ ਡੇਟ, ਇੰਗਰੀਡੀਐਂਟਸ ਔਰ ਅਦਰ ਡਿਟੇਲਸ ਮੈਂਸ਼ਨਡ ਹੁੰਦੀ ਹੈ। ਮੈਂ 05 ਸ਼ੇਡ ਚੂਸ ਕੀਤਾ ਬਿਕਾਜ਼ ਮੇਰੇ ਕੋਲ ਇਹੋ ਜਿਹੇ ਅਰਦੀ ਵਾਰਮ ਟੋਨਸ ਆਈ ਸ਼ੈਡੋਜ਼ ਨਹੀਂ ਸੀਗੇ ਐਂਡ ਆਲਸੋ ਆਹ ਟੋਨਸ ਇੰਡੀਅਨ ਵੇਅਰ ਦੇ ਨਾਲ ਚੱਲ ਜਾਂਦੇ ਨੇ। ਇਸ ਪੈਲਟ ਵਿੱਚ 5 ਮੈਟ ਸ਼ੇਡਸ ਨੇ ਤੇ 4 ਸ਼ਿਮਰ ਸ਼ੇਡਸ। ਸਾਰੇ ਕਲਰਸ ਚੰਗੇ ਪਿਗਮੈਂਟਡ ਨੇ, ਸੋਫਟ ਨੇ ਤੇ ਈਜ਼ੀਲੀ ਬਲੈਂਡ ਹੋ ਜਾਂਦੇ ਨੇ। ਫਾਲ ਆਊਟ ਮੈਂ ਕਹਾਂਗੀ ਕਿ ਬਿਲਕੁਲ ਨਾ ਦੇ ਬਰਾਬਰ ਹੈ। ਫਾਲ ਆਊਟ ਦਾ ਮਤਲਬ ਹੈ ਕਿ ਬ੍ਰਸ਼ ਦੇ ਨਾਲ ਜਦ ਤੁਸੀਂ ਆਈ ਸ਼ੈਡੋਜ਼ ਨੂੰ ਅਪਲਾਈ ਕਰਦੇ ਹੋ ਤਾਂ ਕਈ ਆਈ ਸ਼ੈਡੋਜ਼ ਹੁੰਦੇ ਨੇ ਜੋ ਕਿ ਪੂਰੇ ਚਿਹਰੇ ਤੇ ਫੈਲ ਜਾਂਦੇ ਨੇ। ਇਸ ਆਈ ਸ਼ੈਡੋ ਵਿੱਚ ਉਹ ਪ੍ਰੋਬਲਮ ਨਹੀਂ ਹੈ। ਆਹ ਪੈਲਟ ਆਪਣੇ 'ਚ ਕੰਪਲੀਟ ਪੈਲਟ ਹੈ, ਮਤਲਬ ਜੇ ਤੁਸੀਂ ਕਿਤੇ ਵਿਆਹ ਜਾਂ ਫੰਕਸ਼ਨ 'ਤੇ ਜਾਣਾ ਹੋਏ ਤਾਂ ਇਹ ਕੰਪੈਕਟ ਛੋਟਾ ਜਿਹਾ ਪੈਲਟ ਤੁਹਾਨੂੰ 2-3 ਫੰਕਸ਼ਨ 'ਚ ਵੱਖਰੇ ਵੱਖਰੇ ਲੁੱਕ ਦੇ ਦੇਗਾ ਐਂਡ ਟਰੈਵਲ ਫਰੈਂਡਲੀ ਤਾਂ ਹੈ ਹੀ ਕਿਉਂਕਿ ਇਹ ਟਾਈਟਲੀ ਬੰਦ ਹੋ ਜਾਂਦਾ ਹੈ। ਐਨੀਵੇ, ਸੋ ਮੈਟ ਸ਼ੇਡਸ ਦੀ ਚੋਇਸ ਕਾਫੀ ਚੰਗੀ ਲੱਗੀ ਮੈਨੂੰ ਇਸ ਪੈਲਟ 'ਚ, ਜਿਵੇਂ ਕਿ ਆ ਬੇਜ ਕਲਰ ਜੋ ਕਿ ਮੈਂ ਆਪਣਾ ਆਈ ਬੇਸ ਜਾਂ ਕੰਸੀਲਰ ਨੂੰ ਸੈੱਟ ਕਰਨ ਲਈ ਯੂਜ ਕਰਦੀ ਹਾਂ। ਤੋ ਇਟ ਵਰਗੀ ਜਾਂ ਬ੍ਰਿਕ ਰੈੱਡ ਕਲਰ ਗਿਵਨ ਹੈ। ਹਾਂ, ਥੋੜੇ ਮਿਲਦੇ ਜੁਲਦੇ ਨੇ ਬਟ ਇਹ ਕਲਰ ਦੂਸਰੇ ਤੋਂ ਥੋੜਾ ਡਾਰਕਰ ਹੈ। ਫਿਰ ਇੱਕ ਗ੍ਰੇਸ਼ ਬਰਾਊਨ ਸ਼ੇਡ ਵੀ ਗਿਵਨ ਹੈ ਇਸ ਪੈਲਟ 'ਚ। ਇਸ ਗ੍ਰੇਸ਼ ਬਰਾਊਨ ਸ਼ੇਡ ਨੂੰ ਤੁਸੀਂ ਐਜ ਅ ਸੋਫਟ ਆਈਲਾਈਨਰ ਵੀ ਯੂਜ ਕਰ ਸਕਦੇ ਹੋ ਜਾਂ ਆਊਟਰ ਕੋਰਨਰਸ ਤੇ ਜਾਂ ਫਿਰ ਸਮੋਕੀ ਆਈ ਲੁੱਕ ਇਫੈਕਟ ਦੇਣ ਲਈ ਤੁਸੀਂ ਇਹ ਸ਼ੇਡ ਯੂਜ ਕਰ ਸਕਦੇ ਹੋ। ਸਾਰੇ ਸ਼ੇਡਸ ਦੀ ਕੁਆਲਿਟੀ ਬਹੁਤ ਚੰਗੀ ਹੈ। ਆ ਬਿਲਕੁਲ ਵੀ ਚੀਪ ਚਾਈਨੀਜ਼ ਆਈ ਸ਼ੈਡੋਜ਼ ਨਹੀਂ ਹੈ, ਨਾ ਹੀ ਇਹਦੇ ਵਿੱਚ ਕੋਈ ਕੈਮੀਕਲ ਫ੍ਰੈਗਰੈਂਸ ਜਿਵੇਂ ਟਿਪੀਕਲ ਚਾਈਨੀਜ਼ ਚੀਪ ਕੋਸਮੈਟਿਕਸ 'ਚ ਹੁੰਦੀ ਹੈ। ਇਹੋ ਜਿਹੀ ਕੋਈ ਫ੍ਰੈਗਰੈਂਸ ਨਹੀਂ ਹੈ। ਮੇਰੇ ਕੋਲ ਹੋਰ ਵੀ ਇੰਟਰਨੈਸ਼ਨਲ ਆਈ ਸ਼ੈਡੋ ਪੈਲਟਸ ਨੇ ਤਾਂ ਇਹ ਫੋਕੂਲਰ ਦਾ ਆਈ ਸ਼ੈਡੋ ਬਿਲਕੁਲ ਟੋਪ ਨੋਚ ਅੱਛੀ ਕੁਆਲਿਟੀ ਦਾ ਹੈ। ਸੋ ਮੈਨੂੰ ਕੋਈ ਰਿਗਰੈਟ ਨਹੀਂ ਹੈ ਆਪਣੀ ਪਰਚੇਸ ਤੋਂ ਐਂਡ ਆਹ ਇੱਕ ਓਨੈਸਟ ਰਿਵਿਊ ਹੈ। ਫੋਕੂਲਰ ਦੇ ਪ੍ਰੋਡਕਟਸ ਕਾਫੀ ਸਮੇਂ ਤੋਂ ਮੈਂ ਯੂਜ ਕਰ ਰਹੀ ਹਾਂ। ਪਹਿਲਾ ਪ੍ਰੋਡਕਟ ਮੈਂ ਬਲਸ਼ਿਜ਼ ਐਂਡ ਹਾਈਲਾਈਟਰਸ ਲਿੱਤੇ ਸੀਗੇ ਜਿਹਦਾ ਰਿਵਿਊ ਮੈਂ ਆਪਣੇ ਚੈਨਲ ਤੇ ਪਾ ਹੀ ਚੁੱਕੀ ਹਾਂ, ਤਾਂ ਤੇ ਮੈਂ ਬਲੌਗਿੰਗ ਬਾਰੇ ਸੋਚਿਆ ਵੀ ਨਹੀਂ ਸੀਗਾ। ਤੇ ਇਹ ਆਈ ਸ਼ੈਡੋਜ਼ ਮੇਰੀ ਲੇਟੈਸਟ ਐਡੀਸ਼ਨ ਹੈ ਆਪਣੀ ਵੈਨਿਟੀ 'ਚ। ਆਹ ਕੋਈ ਕੋਲੈਬੋਰੇਸ਼ਨ ਜਾਂ ਸਪੋਂਸਰਡ ਵੀਡੀਓ ਨਹੀਂ ਹੈਗੀ ਹੈ। ਮੈਨੂੰ ਵਾਕਈ ਆਹ ਬ੍ਰਾਂਡ ਬਹੁਤ ਪਸੰਦ ਹੈ ਤੇ ਕੁਆਲਿਟੀ ਦੇ ਨਾਲ ਨਾਲ ਮੈਨੂੰ ਆਹ ਵੀ ਪਸੰਦ ਆਈ ਗੱਲ ਇਹਨਾਂ ਦੀ ਕਿ ਫੋਕੂਲਰ ਕਲੇਮ ਕਰਦੀ ਹੈ ਕਿ ਇਹ ਐਨੀਮਲ ਟੈਸਟਿੰਗ ਨਹੀਂ ਕਰਦੀ, ਦੈਟ ਇਜ਼ ਇਹ ਜਾਨਵਰਾਂ ਤੇ ਪ੍ਰਯੋਗ ਨਹੀਂ ਕਰਦੀ। ਓਕੇ, ਸੋ ਕਮਿੰਗ ਟੂ ਸ਼ਿਮਰਸ, ਚਾਰੋ ਸ਼ਿਮਰ ਸ਼ੇਡਸ ਵੱਖਰੇ ਟੋਨਸ ਦੇ ਨੇ, ਸੋਫਟ ਐਂਡ ਸਟਲ ਐਂਡ ਬਹੁਤ ਈਜ਼ੀਲੀ ਤਰ੍ਹਾਂ ਅਪਲਾਈ ਹੋ ਜਾਂਦੇ ਨੇ ਭਾਵੇਂ ਤੁਸੀਂ ਬ੍ਰਸ਼ ਯੂਜ਼ ਕਰੋ ਜਾਂ ਆਪਣੀ ਫਿੰਗਰ ਟਿਪਸ। ਪੈਲਟ ਦਾ ਪਲਾਸਟਿਕ ਕੇਸ ਮਜ਼ਬੂਤ ਹੈ ਐਂਡ ਜਿਨ੍ਹਾਂ ਨੂੰ ਮੈਕ ਮੇਕਅਪ ਬਾਰੇ ਜਾਣਕਾਰੀ ਹੈ ਉਹਨਾਂ ਨੂੰ ਇਹ ਪੈਲਟ ਦੇਖਦੇ ਹੀ ਪਤਾ ਚੱਲ ਗਿਆ ਹੋਊਗਾ ਕਿ ਆਹ ਪੈਲਟ ਮੈਕ 9 ਆਈ ਸ਼ੈਡੋ ਪੈਲਟ ਦੀ ਯਾਦ ਦਿਲਾਉਂਦਾ ਹੈ ਐਂਡ ਕਹਿ ਸਕਦੇ ਹੋ ਕਿ ਆਹ ਪੈਲਟ ਮੈਕ ਆਈ ਸ਼ੈਡੋ ਪੈਲਟ ਦਾ ਇੱਕ ਡਿਊਪ ਹੈ। ਸੋ ਓਵਰਆਲ ਜੇ ਤੁਹਾਨੂੰ ਕੋਈ ਨਵੀਂ ਕੰਪਨੀ ਟਰਾਈ ਕਰਨੀ ਹੋਏ ਤਾਂ ਤੁਸੀਂ ਫੋਕੂਲਰ ਦੇ ਆਈ ਸ਼ੈਡੋਸ ਟਰਾਈ ਕਰ ਸਕਦੇ ਹੋ। ਭਾਵੇਂ ਤੁਸੀਂ ਬਿਗਨਰ ਹੋ ਜਾਂ ਫਿਰ ਇੱਕ ਪ੍ਰੋਫੈਸ਼ਨਲ ਮੇਕਅਪ ਆਰਟਿਸਟ, ਆਈ ਅਸ਼ੋਰ ਯੂ ਕਿ ਆਹ ਪੈਲਟ ਤੁਹਾਡੀ ਚੰਗੀ ਖਾਤਰਦਾਰੀ ਕਰੂਗਾ। ਸੋ ਕੁੜੀਓ, ਆ ਸੀਗਾ ਮੇਰਾ ਫੋਕੂਲਰ 9 ਆਈ ਸ਼ੈਡੋ ਪੈਲਟਸ ਦਾ ਰਿਵਿਊ। ਇਹਦਾ ਇੱਕ ਆਈ ਟਿਊਟੋਰੀਅਲ ਮੈਂ ਜਲਦ ਹੀ ਆਪਣੇ ਚੈਨਲ ਤੇ ਪਾਵਾਂਗੀ, ਸੋ ਪਲੀਜ਼ ਸਟੇ ਟਿਊਨਡ ਔਨ ਮਾਈ ਚੈਨਲ। ਇਸ ਪੈਲਟ ਦਾ ਲਿੰਕ ਵੀ ਡਾਲ ਦਾਂਗੀ। ਇਸ ਪੈਲਟ ਤੇ ਡਿਸਕਾਊਂਟ ਰੇਟਸ ਉੱਚੇ ਨੀਵੇ ਹੁੰਦੇ ਰਹਿੰਦੇ ਨੇ, ਸੋ ਤੁਸੀਂ ਸੇਲ ਤੇ ਪਰਚੇਸ ਕਰੋ ਤੇ ਤੁਹਾਨੂੰ ਅੱਛੇ ਰੇਟ ਤੇ ਮਿਲ ਜਾਊਗਾ। ਮਿਲਦੇ ਹਾਂ ਫਿਰ ਨੈਕਸਟ ਵੀਡੀਓ 'ਚ, ਤਾਂ ਤੱਕ ਲਈ ਹੱਸਦੇ ਰਹੋ, ਵਸਦੇ ਰਹੋ। ਸਤਿ ਸ਼੍ਰੀ ਅਕਾਲ ਐਂਡ ਰੱਬ ਰਾਖਾ।